ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਫਰਸਟ ਪੋਇਮ ਸਾਡੀ ਪੋਇਮ ਦਾ ਨਾਮ ਹੈ ਕੈਰੈਕਟਰ ਆਫ ਅ ਹੈਪੀ ਮੈਨ ਤੇ ਬੇਟਾ ਇਹਦੇ ਵਿੱਚ ਅਸੀਂ ਜਿਹੜਾ ਖੁਸ਼ ਰਹਿਣ ਵਾਲਾ ਮਨੁੱਖ ਹੈ ਉਹਦੇ ਚਰਿੱਤਰ ਬਾਰੇ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਇਹ ਕੁਐਸਚਨ ਆਨਸਰ ਕਰਾਂਗੇ ਪੋਇਮ ਦੇ ਤੇ ਫਿਰ ਇਹਦਾ ਸਟੈਂਜਾ ਕਰਾਂਗੇ ਕਿਉਂਕਿ ਇਹ ਤੁਹਾਨੂੰ 3 ਮਾਰਕਸ ਦੇ ਆਉਣ ਵਾਲੇ ਨੇ ਸਟੈਂਜਾ ਵੀ ਇੱਕ ਆਨਤਕ ਕੁਐਸਚਨ ਆਨਸਰ ਵੀ ਆਨੇ ਨੇ ਤੇ ਉਹ ਮੈਂ ਤੁਹਾਨੂੰ ਦੱਸਾਂਗੇ ਕਿ ਕਿਸ ਟਾਈਪ ਦੇ ਆਣੇ ਮਤਲਬ ਇਗਜ਼ਾਮ ਵਿੱਚ 6 ਮਾਰਕਸ ਦੀ ਤਿਆਰੀ ਹੋ ਜਾਏਗੀ ਸਾਡੀ ਪੋਇਮ ਦੇ ਥਰੂ ਠੀਕ ਹੈ ਬੇਟਾ ਸਾਡਾ ਪਹਿਲਾ ਕੁਐਸਚਨ ਹੈ ਵਾਟ ਡਸ ਦਾ ਪੋएट ਵਾਂਟ ਟੂ ਸੇ ਇਨ ਦਾ ਪੋਇਮ ਕਰੈਕਟਰ ਆਫ ਅ ਹੈਪੀ ਮੈਨ ਕਹਿੰਦੇ ਕਿ ਕਵੀ ਖੁਸ਼ਹਾਰ ਮਨੁੱਖ ਦਾ ਪਾਤਰ ਕਵਿਤਾ ਵਿੱਚ ਕੀ ਕਹਿਣਾ ਚਾਹੁੰਦਾ ਹੈ ਸਾਡਾ ਆਨਸਰ ਹੈ ਇਨ ਥਿਸ ਪੋਇਮ ਦਾ ਪੋएट ਰਿਪਰੈਜ਼ੈਂਟ ਐਟਰੀਬਿਊਟਸ ਆਫ ਅ ਟਰੂ ਹੈਪੀ ਮੈਨ ਕਹਿੰਦਾ ਕਿ ਇਸ ਕਵਿਤਾ ਵਿੱਚ ਕਵੀ ਇੱਕ ਸੱਚੇ ਖੁਸ਼ ਮਨੁੱਖ ਦੇ ਗੁਣਾ ਨੂੰ ਦਰਸਾਉਂਦਾ ਹੈ ਐਟਰੀਬਿਊਟਸ ਮਤਲਬ ਗੁਣਾ ਠੀਕ ਹੈ ਫਿਰ ਕਹਿੰਦੇ ਨੇ ਸਮ ਵਰਚੂ ਆਫ ਦਾ ਕਰੈਕਟਰ ਆਫ a ਹੈਪੀ ਮੈਨ ਆਰ ਹੌਨੈਸਟਲੀ ਡੀਪ ਫੇਥ ਇਨ ਗੋਡ ਐਂਡ ਸੈਲਫ ਸੈਟੀਸਫੈਕਸ਼ਨ ਇੰਦਕੇ ਇਮਾਨਦਾਰੀ ਰੱਬ ਵਿੱਚ ਡੂੰਗਾ ਵਿਸ਼ਵਾਸ ਤੇ ਸਵੈ ਸੰਤੁਸ਼ਟੀ ਜਿਹੜੀ ਹੈ ਉਹ ਖੁਸ਼ਹਾਰ ਮਨੁੱਖ ਦੇ ਕੁਝ ਗੁਣ ਹੁੰਦੇ ਨੇ ਕਹਿੰਦਾ ਮਤਲਬ ਹੈ ਜਿਹਦੇ ਵਿੱਚ ਇਮਾਨਦਾਰੀ ਹੈ ਤੇ ਰੱਬ ਤੇ ਪੂਰਾ ਵਿਸ਼ਵਾਸ ਹੈ ਔਰ ਆਪਣੇ ਆਪ ਵਿੱਚ ਸਵੈ ਸੈਲਫ ਕਹੋ ਸੈਟੀਸਫੈਕਸ਼ਨ ਹੈ ਉਹਨੂੰ ਤੇ ਉਹ ਕੀ ਹੈ ਉਹ ਹੈਪੀ ਇਨਸਾਨ ਹੈ ਠੀਕ ਹੈ ਨੈਕਸਟ ਹੈ ਕੁਐਸਚਨ ਹੈ ਰਾਈਟ ਇਨ ਨੋਟ ਔਨ ਦਾ ਸੈਂਟਰ ਆਈਡੀਆ ਆਫ ਪੋਇਮ ਕਹਿੰਦੇ ਕਿ ਸੈਂਟਰ ਆਈਡੀਆ ਲਿਖਣਾ ਪੋਇਮ ਦਾ ਤੇ ਤੁਹਾਡਾ ਆਪਾਂ ਦਾ ਸਟਾਰਟ ਕਰਦੇ ਆ ਸਾਡਾ ਆਂਸਰ ਹੈ ਦਾ ਸੈਂਟਰ ਆਈਡੀਆ ਆਫ ਥਿਸ ਪੋਇਮ ਇਜ਼ ਥੈਟ ਅ ਹੈਪੀ ਮੈਨ ਇਜ਼ ਫਰੀ ਫਰੋਮ ਮੈਟੀਰੀਅਲਿਸਟ ਡਿਜ਼ਾਇਰ ਐਂਡ ਵਰਥਲੀ ਐਗਜ਼ੈਕਟੇਸ਼ਨ ਕਹਿੰਦੇ ਕਿ ਜਿਹੜਾ ਹੈਪੀ ਮਨ ਮਤਲਬ ਜਿਹੜੀ ਹੈਡ ਹੈ ਖੁਸ਼ਹਾਲ ਮਨੁੱਖ ਹੈ ਠੀਕ ਹੈ ਇਹਦਾ ਕੇਂਦਰੀ ਭਾਵ ਸਾਡੇ ਇਹ ਹੈ ਕਿ ਜਿਹੜਾ ਖੁਸ਼ਹਾਲ ਮਨੁੱਖ ਹੈ ਪਦਾਰਥਵਾਦੀ ਛਾਵਾਂ ਤੇ ਦੁਨਿਆਵੀ ਚਿੰਤਾ ਤੋਂ ਮੁਕਤ ਹੁੰਦਾ ਜਿਹੜੀ ਸਾਡੀ ਡਿਜ਼ਾਇਰ ਹੈ ਨਾ ਉਹਨਾਂ ਤੋਂ ਬਹੁਤ ਸਾਰੀਆਂ ਮੈਟੀਰੀਅਲਿਸਟ ਮਤਲਬ ਪਦਾਰਥਿਕ ਠੀਕ ਹੈ ਜਿਹੜੇ ਹਾਨੂੰ ਹਰ ਚੀਜ਼ ਦੀ ਖਾਹਿਸ਼ ਹੁੰਦੀ ਹੈ ਕਿ ਇਹ ਉਹ ਵੀ ਲੈ ਲਈਏ ਉਹ ਵੀ ਲੈ ਲਈਏ ਐਨ ਚੀਜ਼ਾਂ ਤੋਂ ਤੇ ਨੈਸਟ ਮਤਲਬ ਐਂਗਜ਼ਾਇਟਿਸ ਮਤਲਬ ਆਪਣੇ ਫਿਊਚਰ ਬਾਰੇ ਜਿਹੜਾ ਚਿੰਤਾ ਕਰਦਾ ਉਸ ਤੋਂ ਮੁਕਤ ਹੁੰਦਾ ਤੇ ਉਹ ਕੀ ਹੈ ਹੈਪੀ ਮਨੁੱਖ ਠੀਕ ਹੈ ਖੁਸ਼ ਰਹਿਣ ਵਾਲਾ ਮਨੁੱਖ ਹੀ ਇਸ ਨਾਟ ਹੈ ਇਜ਼ ਨਾਟ ਹੀ ਇਜ਼ ਨਾਟ ਅ ਸਲੇਵ ਆਫ ਹਿਸ ਪੈਸ਼ਨ ਕਹਿੰਦਾ ਕਿ ਉਹ ਆਪਣੇ ਜਿਹੜਾ ਹੈਗਾ ਉਹਨੂੰ ਆਪਣੇ ਜਨੂਨ ਜਨੂਨ ਤੇ ਗੁਲਾਮ ਨਹੀਂ ਹੈ ਕਿਉਂਕਿ ਉਹਦੇ ਮਨ ਵਿੱਚ ਜੇ ਕੋਈ ਜਨੂਨ ਹੈ ਤਾਂ ਉਹਦਾ ਗੁਲਾਮ ਨਹੀਂ ਹੈ ਠੀਕ ਹੈ ਫਿਰ ਕਹਿੰਦੇ ਨੇ ਕਹਿੰਦੇ ਹਿਸ ਹੌਨੈਸਟ ਥਾਟ ਆਰ ਹਿਸ ਬੈਸਟ ਡਿਫੈਂਸ ਕਹਿੰਦੇ ਕਿ ਉਸ ਉਹਦੇ ਜਿਹੜੇ ਇਮਾਨਦਾਰੀ ਵਿਚਾਰ ਨੇ ਉਹਦਾ ਹੀ ਸਭ ਤੋਂ ਵੱਡਾ ਮਤਲਬ ਬਚਾਅ ਹੈ ਜੇ ਉਹਦੇ ਇਮਾਨਦਾਰ ਵਿਚਾਰ ਨੇ ਹੌਨੈਸਟ ਉਹਦੇ ਵਿੱਚ ਹੌਨੈਸਟੀ ਹੈਗੀ ਹੈ ਤੇ ਉਹ ਉਹਦਾ ਸਭ ਤੋਂ ਵੱਡਾ ਬਚਾਅ ਹੈ ਠੀਕ ਹੈ ਬੇਟਾ ਹੀ ਫੋਲੋ ਦਾ ਪੇਥ ਆਫ ਪਾਥ ਆਫ ਗੁੱਡਨੈਸ ਤੇ ਕਹਿੰਦਾ ਕਿ ਉਹ ਕੀ ਕਰਦਾ ਉਹ ਸਹੀ ਰਸਤੇ ਤੇ ਭਲਾਈ ਦੇ ਰਸਤੇ ਤੇ ਚੱਲਦਾ ਠੀਕ ਹੈ ਹੀ ਇਜ਼ ਸੈਟੀਸਫਾਈਡ ਵਿਦ ਦਾ ਵਟ ਏਵਰ ਲिटल ਹੀ ਹੈਜ਼ ਤੇ ਕਹਿੰਦਾ ਕਿ ਉਹ ਉਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਖੁਸ਼ ਹੈ ਜੋ ਕਿ ਉਹਦੇ ਕੋਲ ਥੋੜਾ ਬਹੁਤਾ ਹੈਗਾ ਪੂਰੀ ਤਰ੍ਹਾਂ ਸੰਤੁਸ਼ਟ ਹੈ ਜੋ ਵੀ ਉਹਦੇ ਕੋਲ ਹੈਗਾ ਬਾਏ ਚਾਂਸ ਮਤਲਬ ਕਿ ਇਹ ਇਨਸਾਨ ਕੋ ਇੱਕ ਗੱਡੀ ਹੈ ਤੇ ਉਹ ਉਹਦੀ ਡਿਜ਼ਾਇਰ ਹੁੰਦੀ ਹੈ ਕਿ ਅਹੀਂ ਹੋਰ ਲੈ ਲਈਏ ਠੀਕ ਹੈ ਜੇ ਕੋਈ ਵੀ ਚੀਜ਼ ਹੈ ਇੱਕ ਫੋਨ ਹੈ ਦੂਜਾ ਫੋਨ ਲੈਣ ਦੀ ਡਿਜ਼ਾਇਰ ਹੁੰਦੀ ਹੈ ਤੇ ਉਹ ਕੀ ਉਹ ਹੈਪੀ ਪਰਸਨ ਨਹੀਂ ਹੈ ਜਿਹੜਾ ਇੱਕ ਚੀਜ਼ ਵਿੱਚ ਸੈਟੀਸਫਾਈਡ ਹੋ ਜੇ ਕਿ ਹਾਂ ਮੇ ਕੋਲ ਹੈਗਾ ਕੰਮ ਚੱਲਦਾ ਪਿਆ ਤਾਂ ਠੀਕ ਹੈ ਉਹਨੂੰ ਕਹਿੰਦੇ ਨੇ ਸੈਟੀਸਫਾਈਡ ਪਰਸਨ ਠੀਕ ਹੈ ਬੇਟਾ ਨੈਕਸਟ ਹੈ ਰਾਈਟ ਅ ਸਮਰੀ ਆਫ ਦਾ ਪੋਇਮ ਇਜ਼ ਹਿਅਰ ਔਨ ਵਰਡਸ ਕਹਿੰਦੇ ਕਿ ਆਪਣੇ ਸ਼ਬਦਾਂ ਵਿੱਚ ਇਹਦੀ ਜਿਹੜੀ ਪੋਇਮ ਹੈ ਇਹਦੀ ਸਮਰੀ ਲਿਖਣੀ ਹੈ ਠੀਕ ਹੈ ਕਹਿੰਦੇ ਪੜਨਾ ਸਟਾਰਟ ਕਰਦੇ ਆ ਇਹ ਹੈਪੀ ਮੈਨ ਇਜ਼ ਫਰੀ ਫ্রম ਮੈਟੀਰੀਅਲਿਸਟ ਡਿਜ਼ਾਇਰ ਐਂਡ ਵਰਲਡਲੀ ਐਗਜ਼ਾਈਟੀਸ ਕਹਿੰਦੇ ਕਿ ਜਿਹੜਾ ਇੱਕ ਆਦਮੀ ਹੈ ਜਿਹੜਾ ਇੱਕ ਖੁਸ਼ਹਾਲ ਇਨਸਾਨ ਹੈ ਉਹ ਸਾਰੀਆਂ ਜਿਹੜੇ ਸੰਸਾਰਿਕ ਪਦਾਰਥ ਹੈ ਤੇ ਆਪਣੇ ਫਿਊਚਰ ਦੀ ਚਿੰਤਾ ਕਰਨ ਵਾਲਾ ਸੰਸਾਰਿਕ ਜੋ ਵੀ ਚਿੰਤਾਵਾਂ ਹਨ ਉਹਨਾਂ ਤੋਂ ਮੁਕਤ ਹੁੰਦਾ ਹੈ ਹੀ ਇਜ਼ ਨੋਟ ਅ ਸਲੇਵ ਆਫ ਹਿਸ ਪੈਸ਼ਨ ਕਹਿੰਦੇ ਉਹ ਆਪਣੇ ਜਨੂਨ ਦਾ ਗੁਲਾਮ ਨਹੀਂ ਹੈ ਹਿਸ ਹਰਨੇਸਟ ਥਾਟ ਆਰ ਹਿਸ ਬੈਸਟ ਡਿਫੈਂਸ ਕਹਿੰਦੇ ਉਹਦੇ ਅੱਛੇ ਵਿਚਾਰ ਉਹਦੀ ਇਮਾਨਦਾਰੀ ਉਹਦਾ ਬਚਾਅ ਹੈ ਚੰਗਾ ਬਚਾਅ ਹੈ ਹੀ ਫੋਲੋ ਦਾ ਪਾਥ ਆਫ ਗੁੱਡਨੈਸ ਉਹ ਸੱਚਾਈ ਦੇ ਰਸਤੇ ਤੇ ਚੱਲਦਾ ਹੈ ਹੀ ਇਜ਼ ਸੈਟੀਸਫਾਈਡ ਵਿਦ ਵਟ ਏਵਰ ਲੀਟਲ ਹੀ ਹੈਜ਼ ਕਹਿੰਦਾ ਮਤਲਬ ਹੈ ਤੁਹਾਡਾ ਸੈਕਿੰਡ ਤੇ ਜਿਹੜਾ 3rd ਕੁਐਸਚਨ ਆ ਉਹ ਸੇਮ ਹੈ ਔਰ ਦਾ ਅਨਸਰ ਸੇਮ ਹੈ ਜੇ ਤੁਹਾਨੂੰ ਪੋਇਮ ਆ ਜੇ ਸੈਂਟਰ ਆਈਡੀਆ ਆ ਜੇ ਫਿਰ ਵੀ ਤੁਹੀ ਇਹੀ ਕਰਨਾ ਤੇ ਜੇ ਤੁਹਾਨੂੰ ਸੰਬਰੀ ਆਏ ਫਿਰ ਵੀ ਤੁਹੀ ਇਹ ਇਹੀ ਕਰਨਾ ਠੀਕ ਹੈ ਬੇਟਾ ਨੈਕਸਟ ਹੈ ਐਕਸਪਲੇਨ ਦਾ ਲਾਈਨਸ ਇਹ ਜਿਹੜੀਆਂ ਪੋਇਮ ਦੇ ਆ ਲਾਈਨਸ ਹੈ ਉਹਨਾਂ ਦਾ मीनिंग ਕੀ ਹੈ ਉਹ ਲਿਖਣਾ ਹੈ ਠੀਕ ਹੈ मीनिंग ਇਹਦੇ ਵਿੱਚ ਇਹਨਾਂ ਲਾਈਨਾਂ ਵਿੱਚ ਕੀ ਕਿਹਾ ਗਿਆ ਹੈ ਹੂਜ਼ ਆਰਮਰ ਆਰਮਰ ਆਫ ਹਿਸ ਹਨੈਸਟ ਥਾਟ ਐਂਡ ਸਿੰਪਲ ਟਰੂਥ ਇਜ਼ ਐਟ ਮੋਸਟ ਥਿੰਕ ਠੀਕ ਹੈ ਕਹਿੰਦੇ ਕਿ ਇਹਨਾਂ ਜਿਹੜੀਆਂ ਲਾਈਨਾਂ ਇਹਦੇ ਵਿੱਚ ਕਵੀ ਨੇ ਕੀ ਐਕਸਪਲੇਨ ਕੀਤਾ ਹਡ ਐਂਸਰ ਹੈ ਕਹਿੰਦੇ ਕਿ ਇਹ ਹੈਪੀ ਇਹ ਹੈਪੀ ਮੈਨ ਇਜ਼ ਹੌਨਸਟ ਐਂਡ ਟਰੂਥਫੁਲ ਜਿਹੜੀ ਲਾਈਨ ਹੈ ਉਹਦੇ ਵਿੱਚ ਕੀ ਹੈ ਪਹਿਲਾ ਲਾਈਨ ਦਾ ਹੀ मीनिंग ਵੇਖਨੇ ਆ ਕਹਿੰਦੇ ਹੂਜ਼ ਆਰਮਰਸ ਇਜ਼ ਹਿਸ ਹੌਨਸਟ ਥੌਟ ਉਸ ਦੀ ਇਮਾਨਦਾਰੀ ਸੋਚ ਕਿਸ ਦੀ ਸ਼ਸਤਰ ਹੈ ਉਸ ਦੀ ਇਮਾਨਦਾਰੀ ਜਿਹੜੀ ਸੋਚ ਹੈ ਉਹੀ ਉਹਦਾ ਸ਼ਸਤਰ ਹੈ ਐਂਡ ਸਿੰਪਲ ਟਰੁਥ ਇਜ਼ ਐਟ ਮੋਸਟ ਸਕਿੱਲ ਤੇ ਅ ਸੁਧਾਰਨ ਜਿਹੜੀ ਸਚਾਈ ਉਸ ਦੀ ਸਭ ਤੋਂ ਵੱਡਾ ਹੁਨਰ ਹੈ ਇਹ ਲਾਈਨਾਂ ਜਿਹੜੀਆਂ ਇਹਦੇ ਵਿੱਚ ਕਮੀ ਨੇ ਇਹ ਚੀਜ਼ਾਂ ਕੀਆਂ ਤਾਂ ਉਹਨੂੰ ਐਕਸਪਲੇਨ ਕਰਨਾ ਕਿ ਕੀ ਕਿਹਾ ਗਿਆ ਠੀਕ ਹੈ ਹਰਡ ਆਨਸਰ ਹੈ ਇਹ ਹੈਪੀ ਮੈਨ ਇਜ਼ ਹਨੈਸਟ ਐਂਡ ਟਰੁਥਫੁਲ ਕਹਿੰਦੇ ਕਿ ਜਿਹੜਾ ਇੱਕ ਖੁਸ਼ ਪਰਸਨ ਹੈ ਇਮਾਨਦਾਰ ਹੈ ਤੇ ਸੱਚਾ ਹੁੰਦਾ ਹੈ ਜਿਹੜਾ ਇੱਕ ਖੁਸ਼ ਰਹਿਣ ਵਾਲਾ ਇਨਸਾਨ ਆ ਉਹ ਇਮਾਨਦਾਰ ਵੀ ਹੁੰਦਾ ਤੇ ਸੱਚਾ ਵੀ ਹੁੰਦਾ ਹਿਸ ਹੋਰ ਨੇਸਟ ਥੋਟ ਆਰ ਹਿਸ ਬੈਸਟ ਡਿਫੈਂਸ ਐਂਡ ਹੀ ਡਸ ਨੋਟ ਨੀਡ ਐਨੀਥਿੰਗ ਅਦਰ ਫੋਰ ਡਿਫੈਂਸ ਕਹਿੰਦੇ ਕਿ ਉਹਦਾ ਇਮਾਨਦਾਰੀ ਵਿਚਾਰ ਹੀ ਉਸਦਾ ਸਭ ਤੋਂ ਵਧੀਆ ਪਚਾਵ ਹੈ ਤੇ ਉਸ ਨੂੰ ਆਪਣੇ ਬਚਾਅ ਲਈ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੁੰਦੀ ਹਿਸ ਸਿੰਪਲ ਟਰੁਥ ਇਜ਼ ਹਿਸ ਬੈਸਟ ਸਕਿਲ ਕਹਿੰਦੇ ਉਸ ਦਾ ਸਧਾਰਨ ਜਿਹੜੀ ਸੋਚ ਹੈ ਉਹੀ ਉਹਦਾ ਵਧੀਆ ਹੁਨਰ ਹੈ ਠੀਕ ਹੈ ਬੇਟਾ ਨੈਕਸਟ ਹੈਡਾ ਫਿਫਥ ਕੁਐਸਚਨ ਹੈ ਕਹਿੰਦੇ ਹਾਊ ਡਸ ਅ ਮੈਨ ਬੀਕਮ ਰੀਲੀ ਹੈਪੀ ਕਹਿੰਦੇ ਕਿ ਇੱਕ ਆਦਮੀ ਅਸਲ ਵਿੱਚ ਖੁਸ਼ ਕਿਵੇਂ ਹੋ ਸਕਦਾ ਹੈ ਕਿਵੇਂ ਰਹਿ ਸਕਦਾ ਇਨਸਾਨ ਕਿਉਂਕਿ ਸੰਸਾਰ ਹੈ ਇਹਦੇ ਵਿੱਚ ਅਹੀਂ ਕੋਈ ਵੀ ਇਨਸਾਨ ਹੈ ਉਹ ਖੁਸ਼ ਨਹੀਂ ਹੈ ਤੇ ਇਹਦੇ ਵਿੱਚ ਕੁਐਸਚਨ ਕਿਸ ਤਰ੍ਹਾਂ ਕੀਤਾ ਗਿਆ ਹੈ ਕਹਿੰਦਾ ਕਿ ਕਿਵੇਂ ਰਹਿ ਸਕਦਾ ਹੁਣ ਉਹ ਰਸਤਾ ਕਿ ਕਿਹੜਾ ਬਣਾਉਣਾ ਚਾਹੀਦਾ ਕਿ ਅਹੀਂ ਖੁਸ਼ ਰਹਿ ਸਕੀਏ ਠੀਕ ਹੈ ਹਾਡਾ ਆਨਸਰ ਹੈ ਇਹ ਤੇ ਅਨਸਰ ਲਿਖਣਾ ਬੇਟਾ ਇਹ ਮੈਨ ਕੈਨ ਬੀਕਮ ਰੀਅਲੀ ਹੈਪੀ ਇਫ ਹੀ ਇਫ ਹੀ ਰੇਮੇਨ ਹੌਨੈਸਟ ਇਨ ਹਿਸ ਥਾਟ ਕਹਿੰਦੇ ਕਿ ਮਨੁੱਖ ਸੱਚਮੁੱਚ ਖੁਸ਼ ਹੋ ਸਕਦਾ ਹੈ ਜੇਕਰ ਉਹ ਆਪਣੇ ਵਿਚਾਰਾਂ ਵਿੱਚ ਇਮਾਨਦਾਰ ਰਹੇ ਕਿਉਂਕਿ ਜਿਹੜਾ ਇਮਾਨਦਾਰ ਇਨਸਾਨ ਹੈ ਬੇਟਾ ਉਹ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਜੇ ਉਹ ਬੇਈਮਾਨ ਹੋਏਗਾ ਉਹ ਆਪਣੇ ਗੁਨਾਹ ਛਪਾਏਗਾ ਹਰ ਹਰ ਇੱਕ ਨਾਲ ਝੂਠ ਬੋਲੇਗਾ ਤੇ ਉਹ ਝੂਠ ਸਾਰਾ ਦਿਨ ਬੋਲ ਕੇ ਜਦੋਂ ਰਾਤ ਨੂੰ ਜਿਹੜਾ ਚੰਗਾ ਪਰਸਨ ਹੈ ਆਪਣੇ ਦਿਮਾਗ 'ਚ ਸੋਚੇਗਾ ਕਿ ਉਹਨੇ ਸਾਰਾ ਦਿਨ ਕੀ ਕੀਤਾ ਤਾਂ ਉਹਦਾ ਦਿਮਾਗ ਜੜ ਝੂਠਾ ਪਰਸਨ ਉਹਨੂੰ ਆਪਣੇ ਗੁਨਾਹ ਯਾਦ ਆਣਗੇ ਠੀਕ ਹੈ ਅਗੇ ਕਹਿੰਦਾ ਹੀ ਇਜ਼ ਫ੍ਰੀ ਫ੍ਰੋਮ ਜੈਲਸੀ ਐਂਡ ਫੋਲੋ ਦਾ ਪਾਥ ਆਫ ਗੁੱਡਨੈਸ ਕਹਿੰਦਾ ਕਿ ਸਾਰੀਆਂ ਜੜੀਆਂ ਈਰਖਾ ਹੁੰਦੀਆਂ ਕਿ ਕੋਈ ਜੈਲਸ ਕਰਨਾ ਐਸਾਂ ਨਹੀਂ ਚੀਜ਼ਾ ਛੱਡ ਦਿੰਦਾ ਤੇ ਉਹ ਸਚਾਈ ਦੇ ਰਸਤੇ ਤੇ ਚੱਲਦਾ ਹੀ ਸ਼ੁੱਡ ਬੀ ਕਮ ਹਿਸ ਓਨ ਮਾਸਟਰ ਕਹਿੰਦਾ ਕਿ ਉਹ ਜਿਹੜਾ ਇਨਸਾਨ ਇਹੋ ਜਿਹਾ ਇਮਾਨਦਾਰ ਹੈ ਸਚਾਈ ਦੇ ਰਸਤੇ ਤੇ ਚੱਲਦਾ ਉਹ ਕੋਈ ਈਰਖਾ ਨਹੀਂ ਕਰਦਾ ਉਹ ਆਪਣਾ ਮਾਲਕ ਖੁਦ ਹੁੰਦਾ ਠੀਕ ਹੈ ਮਤਲਬ ਕਹਿੰਦਾ ਭਾਵ ਹੈ ਕਿ ਉਹ ਸਭ ਕੁਝ ਆਪਣੀ ਇੱਛਾ ਅਨੁਸਾਰ ਕਰਦਾ ਉਹਨੂੰ ਕਿਸੇ ਦਾ ਡਰ ਨਹੀਂ ਹੁੰਦਾ ਕਿਉਂਕਿ ਈਮਾਨਦਾਰ ਆ ਉਹ ਝੂਠ ਨਹੀਂ ਬੋਲਦਾ ਉਹਨੂੰ ਕਿਸੇ ਤੋਂ ਝੂਠੇ ਪਾਣ ਦੀ ਲੋੜ ਨਹੀਂ ਹੁੰਦੀ ਉਹ ਕਿਸੇ ਦਾ ਹੱਕ ਨਹੀਂ ਮਾਰਦਾ ਠੀਕ ਹੈ ਬੇਟਾ ਨੈਕਸਟ ਹੈ ਕਹਿੰਦੇ ਕਿ ਹਾਊ ਡਸ ਅ ਰਿਲੀਜੀਅਸ ਬੁੱਕ অর ਅ ਫਰੈਂਡ ギਵਨ ਹੈਪੀਨੈਸ ਕਹਿੰਦੇ ਕਿ ਇੱਕ ਧਾਰਮਿਕ ਪੁਸਤਕ ਜਾਂ ਮਿੱਤਰ ਜਿਹੜਾ ਉਹਾਨੂੰ ਖੁਸ਼ ਖੁਸ਼ੀ ਕਿਵੇਂ ਦੇ ਸਕਦਾ ਠੀਕ ਹੈ ਖੁਸ਼ੀ ਕਿਵੇਂ ਦਿੰਦਾ ਹੈ ਤੁਹਾਡਾ ਆਨਸਰ ਕੀ ਹੈ both religious book and a, sorry both religious book and a friend help us to keep on the right path kende ki sahi raste te jehdi dharmik pustak hai te ik jehda changa mitra hai oh sanu eh dove cheeza sanu sahi raste te chalne vich madad karde ne ਠੀਕ ਹੈ ਜਿਹੜਾ ਧਾਰਮਿਕ ਬੁੱਕ ਹੈ ਉਹ ਤੇ ਜਿਹੜਾ ਅੱਛਾ ਫਰੈਂਡ ਹੈ ਉਹ ਕੀ ਕਰਦਾ ਸਹੀ ਰਸਤੇ ਤੇ ਚੱਲਣ ਵਿੱਚ ਸਾਡੀ ਮਦਦ ਕਰਦਾ ਰਿਲੀਜੀਅਸ ਬੁੱਕ टीच अस many useful lesson ਐਂਡ ਕੰਪਨੀ ਆਫ ਅ ਫਰੈਂਡ ਗਿਵਿੰਗ ਪੀਸ ਠੀਕ ਹੈ ਪੀਸ ਮਤਲਬ ਸ਼ਾਂਤੀ ਕਹਿੰਦੇ ਕਿ ਜਿਹੜੇ ਧਾਰਮਿਕ ਪੁਸਤਕਾਂ ਹੁੰਦੀਆਂ ਇਹ ਸਾਨੂੰ ਬਹੁਤ ਹੀ ਲਾਭਦਾਇਕ ਸਬਕ ਸਿਖਾਉਂਦੀਆਂ ਹਨ ਤੇ ਮਿੱਤਰ ਦੀ ਸੰਗਤ ਜਿਹੜੀ ਸਾਨੂੰ ਸ਼ਾਂਤੀ ਦਿੰਦੀ ਹੈ ਠੀਕ ਹੈ ਜਦੋਂ ਸਾਨੂੰ ਕੋਈ ਟੈਨਸ਼ਨ ਹੁੰਦੀ ਹੈ ਜਾਂ ਅਸੀਂ ਪਰੇਸ਼ਾਨ ਹੁੰਦੇ ਆ ਅਸੀਂ ਚੁੱਕ ਕੇ ਫੋਨ ਕਰਦੇ ਆ ਆਪਣੇ ਫਰੈਂਡ ਨੂੰ ਫਰੈਂਡ ਨੂੰ ਫੋਨ ਕਰਦੇ ਆ ਆਪਣਾ ਦੁੱਖ ਉਹਨਾਂ ਨੂੰ ਦੱਸਦੇ ਆ ਤੇ ਸਾਡਾ ਮਨ ਹਲਕਾ ਹੋ ਜਾਂਦਾ ਹੈ ਠੀਕ ਹੈ ਤੇ ਉਹਦੇ ਨਾਲ ਕੀ ਹੁੰਦਾ ਸਾਡਾ ਮਨ ਹਲਕਾ ਹੋ ਗਿਆ ਤੁਹਾਨੂੰ ਸ਼ਾਂਤੀ ਮਿਲ ਜਾਂਦੀ ਹੈ ਠੀਕ ਹੈ ਸਾਡਾ ਮਨ ਬਹੁਤ ਹੀ ਸ਼ਾਂਤ ਹੋ ਜਾਂਦਾ ਹੈ ਦੂਜਾ ਹੈਗਾ ਦੇ ਬੋਥ ਰਿਮੇਨ ਵਿਦ ਅਸ ਐਟ ਡਿਫਿਕਲਟ ਟਾਈਮਸ ਕਹਿੰਦੇ ਕਿ ਹੁਣ ਵੇਖੋ ਪੁਸਤਕਾਂ ਪੁਸਤਕਾਂ ਹੀ ਪੜਾਂਗੇ ਕੋਈ ਧਾਰਮਿਕ ਪੁਸਤਕ ਪੜਾਂਗੇ ਉਹਦੇ ਵਿੱਚ ਗਿਆਨ ਦੀਆਂ ਗੱਲਾਂ ਹੋਣਗੀਆਂ ਠੀਕ ਹੈ ਜਿਹੜੀ ਜ਼ਿੰਦਗੀ ਵਿੱਚ ਕੋਈ مصیبت ਆ ਗਈ ਹੈ ਸਾਡਾ ਮੁਸ਼ਕਲ ਟਾਈਮ ਚੱਲਦਾ ਅਸੀਂ ਗਿਆਨ ਦੀਆਂ ਗੱਲਾਂ ਪੜਾਂਗੇ ਤਾਂ ਸਾਡਾ ਮਨ ਸ਼ਾਂਤ ਹੋ ਜਾਏਗਾ ਤੁਹਾਨੂੰ ਕੋਈ ਆਈਡੀਆ ਮਿਲ ਜਾਏਗਾ ਠੀਕ ਹੈ ਇਸੇ ਤਰ੍ਹਾਂ ਫਰੈਂਡ ਜਿਹੜਾ ਉਹ ਵੀ ਸਾਨੂੰ ਗਾਈਡ ਕਰੇਗਾ ਠੀਕ ਹੈ ਬੇਟਾ ਨੈਕਸਟ ਹੈ ਕਹਿੰਦੇ ਕਿ ਹਾਊ ਡਸ ਅ ਕੰਟੈਂਟਡ ਮੈਨ ਹੈਵ 올 ਵਿਦਆਊਟ ਹੈਵਿੰਗ ਐਨੀਥਿੰਗ ਕਹਿੰਦੇ ਕਿ ਸੰਤੁਸ਼ਟ ਮਨੁੱਖ ਕੋਲ ਕੁਝ ਵੀ ਨਾ ਹੋਣ ਦੇ ਬਾਵਜੂਦ ਵੀ ਸਭ ਕੁਝ ਹੁੰਦਾ ਕਿਵੇਂ ਕਹਿੰਦੇ ਨੇ ਕਿ ਇੱਕ ਜਿਹੜਾ ਸੰਤੁਸ਼ਟ ਸੈਟੀਸਫਾਈਡ ਪਰਸਨ ਹੈ ਉਹ ਸੈਟੀਸਫਾਈਡ ਕਿਵੇਂ ਹੈ ਉਹਦੇ ਕੋਲ ਕੋਈ ਜੋ ਖਾਸ ਨਹੀਂ ਹੁੰਦਾ ਪਰ ਫਿਰ ਵੀ ਉਹ ਸੈਟੀਸਫਾਈਡ ਹੈ ਉਹ ਕਿਵੇਂ ਠੀਕ ਹੈ ਹਡ ਆਨਸਰ ਹੈ ਹੀ ਇਜ਼ ਨੋਟ ਸਲੇਵ ਆਫ ਹਿਸ ਪੈਸ਼ਨ ਕਹਿੰਦਾ ਕਿ ਉਹ ਜਿਹੜਾ ਇਨਸਾਨ ਹੈ ਉਹ ਉਹਦੇ ਤੇ ਉਹਦੇ ਜਿਹੜੇ ਸੁਪਨੇ ਨੇ ਉਹਦਾ ਜਿਹੜਾ ਜਨੂਨ ਹੈ ਉਹ ਹਾ ਵੀ ਨਹੀਂ ਹੈ ਉਹ ਦਾ ਗੁਲਾਮ ਨਹੀਂ ਹੈ ਠੀਕ ਹੈ ਗੁਲਾਮ ਨਹੀਂ ਹੈ ਬਿਲਕੁਲ ਵੀ ਉਹਦੇ ਤੇ ਉਹਦੇ ਸੁਪਨੇ ਜਾਂ ਜਨੂਨ ਆ ਦਬਾਅ ਨਹੀਂ ਪਾਉਂਦੇ ਠੀਕ ਹੈ ਹੀ ਇਜ਼ ਸੈਟੀਸਫਾਈਡ ਵਿਦ ਵਟ ਏਵਰ ਲिटल ਹੀ ਹੈਜ਼ ਕਹਿੰਦਾ ਕਿ ਉਹ ਉਹਨਾਂ ਚੀਜ਼ਾਂ ਵਿੱਚ ਸੰਤੋਸ਼ਟ ਰਹਿੰਦਾ ਹੈ ਜੋ ਵੀ ਉਹਦੇ ਕੋਲ ਥੋੜਾ ਬਹੁਤਾ ਹੈਗਾ ਜ਼ਿਆਦਾ ਨਹੀਂ ਮਤਲਬ ਥੋੜਾ ਬਹੁਤਾ ਹੈਗਾ ਹੀ ਇਜ਼ ਫ੍ਰੀ ਫ্রম ਜੈਲਸੀ ਪਹਿਲਾ ਗੁਣ ਕਿ ਉਹ ਕਿਸੇ ਕੋ ਈਰਖਾ ਨਹੀਂ ਕਰਦਾ ਬਿਲਕੁਲ ਫ੍ਰੀ ਹੁੰਦਾ ਕਿਸੇ ਦੇ ਨਾਲ ਕੋਈ ਵੀ ਈਰਖਾ ਭਾਵ ਨਹੀਂ ਰੱਖਦਾ ਹੀ ਹੈਜ਼ ਨੋ ਹੋਪ ਟੂ ਰਾਈਜ਼ ਐਂਡ ਨੋ ਫੀਅਰ ਆਫ ਫਾਲ ਕਹਿੰਦਾ ਕਿ ਉਹ ਨੂੰ ਨਾ ਤੇ ਕੋਈ ਹੋਪ ਹੁੰਦੀ ਕਿ ਮੈਂ ਬਹੁਤ ਉੱਚਾ ਹੋਵਾਂਗਾ ਠੀਕ ਹੈ ਮੈਂ ਬਹੁਤ ਚੜ੍ਹਾਇਆਂ ਕਰਾਂਗਾ ਮੈਂ ਬਹੁਤ ਕਾਮਯਾਬ ਹੋਵਾਂਗਾ ਜਾਂ ਮੈਂ ਬਹੁਤ ਜ਼ਿਆਦਾ ਰਿਚ ਪਰਸਨ ਬਣ ਜਾਾਂਗਾ ਤੇ ਨਾ ਹੀ ਉਹ ਨੂੰ ਇਸ ਚੀਜ਼ ਦਾ ਡਰ ਹੁੰਦਾ ਕਿ ਉਹ ਉਹਦਾ ਜਿਹੜਾ ਜੀਵਨ ਵਿੱਚ ਡਾਊਨਫੋਲ ਆਏਗੀ ਠੀਕ ਹੈ ਸੋ ਹੀ ਹੈਜ਼ ਐਨੀਥਿੰਗ ਠੀਕ ਹੈ ਜੋ ਵੀ ਉਸ ਕੋ ਹੈਗਾ ਸਿਰਫ ਉਹੀ ਉਹਨੂੰ ਸਭ ਕੁਝ ਲੱਗਦਾ ਹੈ ਠੀਕ ਹੈ ਜਿਹੜਾ ਪਰਸਨ ਜੈਲਸੀ ਨਹੀਂ ਕਰਦਾ ਜਿਹੜਾ ਆਪਣੀ ਚੀਜ਼ਾਂ ਚ ਸੈਟੀਸਫਾਈਡ ਰਹਿੰਦਾ ਉਹ ਜਿਹੜਾ ਉਹਨੂੰ ਇਹ ਹੁੰਦਾ ਹੈ ਕਿ ਹਰ ਚੀਜ਼ ਵਿੱਚ ਉਹਨੂੰ ਸੈਟੀਸਫੈਕਸ਼ਨ ਹੁੰਦੀ ਹੈ ਤੇ ਉਹ ਕਿਸੇ ਕੋ ਜੈਲਸੀ ਨਹੀਂ ਕਰਦਾ ਤੇ ਉਹੀ ਪਰਸਨ ਜਿਹੜਾ ਖੁਸ਼ ਰਹਿ ਸਕਦਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡੀ ਪੋਇਮ ਦੇ ਕੁਐਸਚਨ ਆਨਸਰ ਹੈ ਉਹ ਕਰ ਲੈ ਇਹ ਵੀ ਤੁਹਾਨੂੰ 3 ਨੰਬਰ ਤੇ ਆਣੇ ਐਗਜ਼ਾਮ ਵਿੱਚ ਤੇ ਨੈਕਸਟ ਵੀਡੀਓ ਚ ਸਟੈਂਜਾ ਕਰਾਂਗੇ ਉਹ ਵੀ ਤੁਹਾਨੂੰ 3 ਮਾਰਕਸ ਦਾ ਆਏਗਾ ਠੀਕ ਹੈ ਬੇਟਾ ਨੈਕਸਟ ਵੀਡੀਓ ਚ ਮਿਲਦੇ ਹਾਂ ਟੇਕ ਕੇਅਰ